ਸਾਡੀ ਪੁਲਿਸ ਪਾਰਟੀ ਮਾਨਯੋਗ SSP ਸਾਹਿਬ ਗੁਰਦਾਸਪੁਰ ਸ਼੍ਰੀ ਅਧਿਆਮਾ ਹਰੀਸ਼ ਕੁਮਾਰ ਜੀ ਦੇ ਦੇਸ਼ਾਂ ਅਨੁਸਾਰ ਸ਼ਾਮ ਦੇ ਟਾਈਮ 'ਤੇ ਜਿਹੜੇ ਗਸ਼ਤ ਨਾਕਾ ਪਾਰਟੀਆਂ ਬਾਹਰ ਨਿਕਲਦੀਆਂ ਆ, ਸਾਡੀ ਪਾਰਟੀ ਨੂੰ ਸ਼੍ਰੀ ਮੋਹਨ ਲਾਲ ਜੀ SI ਜਿਹੜੇ ਇੱਥੇ ਐਡੀਸ਼ਨਲ SHO ਲੱਗੇ ਹੋਏ ਨੇ, ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਦੋ ਵਿਅਕਤੀ ਮੱਖਣ ਸਿੰਘ ਸਨਵ ਮੁਖਤਿਆਰ ਸਿੰਘ ਧਾਰੀ ਵਾਸੀ ਬੁੱਢਾ ਬਾਲਾ ਅਤੇ ਰਾਜੀਤ ਸਿੰਘ ਸਨਵ ਬਲਕਾਰ ਸਿੰਘ ਵਾਸੀ ਬੁੱਢਾ ਬਾਲਾ, ਇਹਨਾਂ ਦੇ ਕੋਲ ਵੈਪਨ ਨੇ ਅਤੇ ਔਰਾ ਗੱਡੀ 'ਤੇ ਘੁੰਮ ਰਹੇ ਨੇ, ਹੋ ਸਕਦਾ ਕੋਈ ਵਾਰਦਾਤ ਨੂੰ ਅੰਜਾਮ ਦੇਣ। ਜਿਨ੍ਹਾਂ ਨੇ ਤੁਰੰਤ ਜਿਹੜਾ ਥਾਣੇ ਵੀ ਫੋਨ ਕੀਤਾ, ਸਾਰੀ ਫੋਰਸ ਜਿਹੜੀ ਆ ਸਾਡੀ, ਅਸੀਂ ਇੱਕਦਮ ਬਾਜ਼ਾਰ ਨੂੰ ਨਿਕਲੇ ਹਾਂ, ਜਿਹੜੇ ਸਾਡੇ ਅੱਗੇ ਇਲਾਕੇ ਦੌੜ ਗਏ ਆ। ਦੌੜੇ ਜਾਂਦਿਆਂ ਕੁਝ ਬਾਜ਼ਾਰ ਵਾਲੇ ਪਾਸਿਓਂ, ਇਹ ਰਸ਼ਡ ਪਲੇਸ ਸੀਗਾ, ਰਾਤ ਕੋਈ 9:30 ਦਾ ਟਾਈਮ, ਕਾਫੀ ਜਿਹੜੇ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਾਸੀ ਆ ਉਹ ਆਪਣੇ ਆਰਾਮ ਨਾਲ, ਕੋਈ ਟਹਿਲਣ ਲਈ ਆਇਆ ਹੁੰਦਾ, ਕੋਈ ਬਾਜ਼ਾਰ ਆਪਣੀ ਦੁਕਾਨ ਬੰਦ ਕਰਕੇ ਕੋਈ ਕੋਈ ਗੋਲ ਗੱਪੇ ਖਾ ਰਿਹਾ, ਕੋਈ ਵੀ ਰਸ਼ ਕਾਫੀ ਸੀਗਾ। ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਜਦੋਂ ਇਹਨਾਂ ਦਾ ਪਿੱਛਾ ਕੀਤਾ ਆ, ਇੱਕ ਬੰਦਾ ਜਦੋਂ ਦੌੜਿਆ ਆ ਤਾਂ ਉਹਨੇ ਦੌੜੇ ਜਾਂਦੇ ਨੇ, ਜਿਹੜਾ ਉਹਦੇ ਕੋਲ ਦੇਸੀ ਗੱਟਾ ਸੀ ਉਹਦੇ ਨਾਲ ਉਹਨੇ ਫਾਇਰ ਕੀਤਾ ਸਾਡੀ ਪੁਲਿਸ ਪਾਰਟੀ 'ਤੇ, ਜਿਹੜਾ ਉਹ ਫਾਇਰ ਮਿਸ ਹੋ ਗਿਆ। ਉਹ ਜਦੋਂ ਦੌੜੇ ਜਾਂਦੇ ਕੋ ਉਹਦੇ ਕੋਲ ਉਹ ਗੱਟਾ ਜਿਹੜਾ ਡਿੱਗ ਪਿਆ, ਜਿਹੜਾ ਦੂਸਰਾ ਵਿਅਕਤੀ ਸੀ ਉਹਦੇ ਪਿੱਛਾ ਕਰਦਿਆਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਰਹੇ ਸੀ, ਜਦੋਂ ਕੰਧ ਟੱਪਣ ਲੱਗਾ ਦੂਸਰੇ ਦਾ ਵੀ ਜਿਹੜਾ ਉਹ ਪਿਸਤਲ ਜਿਹੜਾ ਉਹ ਡਿੱਗ ਪਿਆ। ਕਾਫੀ ਮਸ਼ੱਕਤ ਕੀਤੀ, ਕਾਫੀ ਉਹਨਾਂ ਦੀ ਭਾਲ ਕੀਤੀ, ਲੇਕਿਨ ਹਨੇਰਾ ਸੀ, ਰਸ਼ਡ ਪਲੇਸ 'ਤੇ ਪੁਲਿਸ ਜਿਹੜੀ ਉਹ ਫਾਇਰ ਨਹੀਂ ਕਰ ਸਕਦੀ ਸੀ ਉਹਨਾਂ 'ਤੇ, ਜਿਹਦਾ ਕਰਕੇ ਉਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਅਤੇ ਪਬਲਿਕ ਦਾ ਜਿਹੜਾ ਉਹ ਮਤਲਬ ਜਾਨ ਮਾਲ ਦੀ ਰਾਖੀ ਕਰਦਿਆਂ ਹੋਇਆ ਉਹਨਾਂ 'ਤੇ ਫਾਇਰ ਨਹੀਂ ਕੀਤਾ ਜਾ ਸਕਦਾ, ਜਿਹਦਾ ਕਰਕੇ ਉਹ ਇਸ ਚੀਜ਼ ਦਾ ਫਾਇਦਾ ਲੈਂਦੇ, ਕਮਾਦਾਂ ਕਮੂਦਾਂ 'ਚੋਂ ਦੀ ਭੱਜਦੇ ਹੋਏ ਉਹ ਜਿਹੜੇ ਇੱਥੋਂ ਏਰੀਏ 'ਚੋਂ ਦਰਿਆ ਵਾਲੇ ਪਾਸੇ ਨੂੰ ਚਲੇ ਗਏ। ਜਿਹੜਾ ਇਹਦੇ 'ਚੋਂ ਮੱਖਣ ਸਿੰਘ ਆ ਉਹਦੇ 'ਤੇ 12 ਮੁਕੱਦਮੇ ਦਰਜ ਆ ਜੀ, 2 ਦਸੂਹੇ ਦੇ ਨੇ, ਕੁਝ ਲੜਾਈਆਂ ਝਗੜਿਆਂ ਦੇ ਮੁਕੱਦਮੇ ਨੇ ਇਹਦੇ 'ਤੇ, 302 ਦਾ ਵੀ ਆ ਜਿਹੜਾ ਰਾਜੀਨਾਮਾ ਕਰਕੇ ਉਹਦੇ 'ਚੋਂ ਬਰੀ ਹੋ ਚੁੱਕਾ। ਹੋਰ ਵੀ ਜਿਹੜੇ ਇਹਨਾਂ ਦੇ 5-6 ਮੁਕੱਦਮੇ ਜਿਹੜੇ ਇਹਦੇ NDPS ਐਕਟ ਦੇ ਦਰਜ ਨੇ, ਅਤੇ ਦਸੂਹਾ ਥਾਣੇ ਦੇ ਵਿੱਚ ਇਹਨਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ, ਜਿਹਦਾ ਵੀ ਫਰਵਰੀ ਮਹੀਨੇ ਦੇ ਵਿੱਚ ਜਿਹੜਾ 23 ਫਰਵਰੀ ਨੂੰ ਮੁਕੱਦਮਾ ਦਰਜ ਹੋਇਆ ਸੀਗਾ, 30 ਨੰਬਰ, ਉਹਦਾ ਵੀ ਰਿਕਾਰਡ ਸਾਡੇ ਕੋਲ ਮੌਜੂਦ ਹੈ। ਜਿਸ ਤਰ੍ਹਾਂ ਜਿਕਰ ਕੀਤਾ ਪਿਸਤਲ, ਹੋਰ ਵੀ ਬਰਾਮਦਗੀ ਹੋਈ ਹੈ ਜੀ, ਇੱਕ ਗੱਡੀ ਬਰਾਮਦ ਹੋਈ ਹੈ ਜੀ ਔਰਾ, ਅਤੇ ਪਬਲਿਕ ਨੇ ਬਹੁਤ ਸਹਿਯੋਗ ਦਿੱਤਾ ਜੀ, ਭੈਣੀ ਮੀਆਂ ਖਾਂ ਦੀ ਪਬਲਿਕ ਜਿਹੜੇ ਘੱਟੋ ਘੱਟ ਵੀ 40 ਨੌਜਵਾਨ ਅਤੇ ਬਜ਼ੁਰਗ ਜਿਹੜੇ ਉਸ ਨਾਲ ਸਾਡੇ ਪੁਲਿਸ ਦੇ ਸਹਿਯੋਗ ਕਰ ਰਹੇ ਸੀ, ਕਾਫੀ ਲੱਭਣ ਵਿੱਚ ਉਹਨਾਂ ਨੇ ਸਾਡੀ ਕੋਸ਼ਿਸ਼ ਕੀਤੀ ਆ, ਅਤੇ ਜਿਹੜੀ ਇਹਦੀ ਗੱਡੀ ਵੀ ਉਹਨੂੰ ਵੀ ਖਿੱਚ ਧੂ ਕੀਤੀ ਪਬਲਿਕ ਨੇ, ਅਤੇ ਆਪਾਂ ਮਤਲਬ ਉਹਨਾਂ ਨੂੰ ਜਿਹੜੀ ਗੱਡੀ ਫਿਰ ਰਿਕਵਰ ਕਰਾ ਕੇ ਪਬਲਿਕ ਕੋਲ ਲੈ ਕੇ ਆਪਾਂ ਰਿਕਵਰ ਕਰਕੇ ਥਾਣੇ ਲੈ ਆਉਂਦੀ। ਜਿਹੜੇ ਵਾਈਪਰ ਮੌਜੂਦ ਹੋਏ ਨੇ ਉਹਨਾਂ ਦੇ ਵਿੱਚ ਕੋਈ ਰੌਂਦ ਵੀ ਮਿਲੇ, ਕਿੰਨੇ ਵਾਈਪਰ ਨੇ? 2 ਵੈਪਨ ਆ ਜੀ, ਇੱਕ 32-bore ਰਿਵਾਲਵਰ ਪਿਸਟਲ ਆ ਜੀ, ਅਤੇ ਉਹਦਾ ਇੱਕ ਰੌਂਦ ਲੋਡਡ ਸੀ, ਜਿਹੜਾ ਦੂਸਰਾ ਉਹਦੇ ਵਿੱਚ ਚੱਲਿਆ ਕਾਰਤੂਸ, ਮਤਲਬ ਮਿਸ ਕਾਰਤੂਸ ਜਿਹੜਾ ਉਹ ਬਰਾਮਦ ਹੋਇਆ, ਜਿਹੜਾ ਗੱਟਾ 315 ਬੋਰ।